₹100 ਰੇਟ ਆ ਜੀ ਦੁਪੱਟਿਆਂ ਦਾ। ਲਓ ਜੀ ਕਰੋ ਚੈੱਕ। ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅਤੇ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ। ਅੱਜ ਆਪਾਂ ਪਹੁੰਚੇ ਹਾਂ ਸ਼ਹਿਰ ਪਟਿਆਲੇ ਛੋਟੀ ਬਰਾਦਰੀ ਮਾਰਕੀਟ। ਇੱਥੇ ਤੁਹਾਨੂੰ ਸਾਰੀ ਸੇਲ ਦਿਖਾਵਾਂਗੇ, ਇੱਥੇ ਸੰਡੇ ਸੇਲ ਲੱਗਦੀ ਆ ਅਤੇ ਆਪਾਂ ਤੁਹਾਨੂੰ ਸਾਰੀ ਸੇਲ ਦਿਖਾਉਂਦੇ ਹਾਂ। ਲਓ ਜੀ ਅੱਜ ਤੁਹਾਨੂੰ ਦਿਖਾਉਂਦੇ ਹਾਂ ਪਟਿਆਲੇ ਜੀ ਆਪਾਂ ਸੇਲ ਸਾਰੀ ਇਹ, ਅਤੇ ਜਿਵੇਂ ਪਹਿਲਾਂ ਸਟਾਰਟਿੰਗ ਹੁਣ ਦੁਪੱਟੇ ਦਿਖਾ ਦਈਏ। ਦੁਪੱਟੇ ਪਏ ਨੇ ਬਾਈ, ਕੀ ਰੇਟ ਆ ਦੁਪੱਟਿਆਂ ਦਾ? ਦੁਪੱਟਿਆਂ ਦਾ ਕੀ ਰੇਟ ਆ? ₹100 ਰੇਟ ਆ ਜੀ ਦੁਪੱਟਿਆਂ ਦਾ। ਲਓ ਜੀ ਆਹ ਐਡਰੈਸ ਆ ਸਾਹਮਣੇ, ਮਹਿੰਦਰ ਕੰਨਿਆ ਮਹਾਵਿਦਿਆਲੇ ਨਾਭਾ ਗੇਟ ਪਟਿਆਲਾ, ਇਹ ਸਕੂਲ ਆ ਜੀ ਸਾਹਮਣੇ। ਇੱਥੇ ਸੇਲ ਸਾਰੀ ਲੱਗਦੀ ਆ, ਇੱਥੋਂ ਸਟਾਰਟਿੰਗ ਹੋ ਜਾਂਦੀ ਹੈ ਸਾਰੀ। ਆਪਾਂ ਤੁਹਾਨੂੰ ਦਿਖਾਉਂਦੇ ਹਾਂ ਸਾਰੀ ਸੇਲ, ਜਿਵੇਂ ਭਾਂਡਿਆਂ ਦੀ ਲੱਗੀ ਹੋਈ ਇੱਧਰ, ਠੀਕ ਆ ਜੀ। ਤੁਹਾਨੂੰ ਭਾਂਡੇ ਮਿਲ ਜਾਣਗੇ, ਪਲਾਸਟਰ ਦਾ ਸਮਾਨ ਮਿਲ ਜੂ, ਬਾਕੀ ਆ ਦੁਪੱਟੇ ਪਏ ਨੇ ਉਹ ਜਿਵੇਂ ₹100 ਬਾਈ ਦੱਸਿਆ ਸੀ, ਆਹ ਪਏ ਨੇ ਇੱਧਰ, ਅਤੇ ਆਹ ਵੀ ਮਿਲ ਜੂ ਇੱਕ ਤਰ੍ਹਾਂ ਨਾਲ ਬਿੰਦੀਆਂ ਵਗੈਰਾ। ਅੱਗੇ ਜਿਵੇਂ ਲੋਰਾਂ ਪਈਆਂ ਨੇ ਆਹ ਸਾਰੀਆਂ, ਆਹ ਲੋਰਾਂ ਹੋ ਗਈਆਂ, ਅਤੇ ਪਜਾਮੇ ਹੋ ਗਏ ਇੱਦਾਂ ਦੇ, ਜੀਨਜ ਹੋ ਗਏ, ਜਿਵੇਂ ਜੀਨ ਪਈਆਂ ਨੇ ਜਿਵੇਂ ਸਾਲਟਾਂ ਬਾਈ ਨੇ ਲੈ ਰਹੇ ਆ, ਅਤੇ ਆਹ ਬੈਗ ਪਏ ਨੇ ਉਸ ਤੋਂ ਅੱਗੇ, ਆਹ ਬੈਗ ਪਏ ਨੇ ਜੀ ਸਾਰੇ। ਬਾਕੀ ਆ ਜੁੱਤੀਆਂ ਪਈਆਂ ਨੇ ਜਿਵੇਂ ਸਾਰੀ, ਅਤੇ ਆਹ ਘਰੇਲੂ ਸਮਾਨ ਆ ਗਿਆ ਸਾਰਾ ਆਪਣਾ ਘਰ ਦਾ, ਜਿਵੇਂ ਸਾਰਾ ਪਿਆ। ਕਾਫੀ ਵੱਡੀ ਮਾਰਕੀਟ ਹੈ ਜੀ, ਇੱਥੇ ਵੀ ਕਾਫੀ ਵੱਡੀ ਸੇਲ ਲੱਗਦੀ ਆ, ਜਿਵੇਂ ਆਹ ਦੇਖੋ ਸਾਲਟਾਂ ਵਗੈਰਾ, ਬਾਕੀ ਆਹ ਖਿਡੌਣੇ ਆ ਗਏ ਬੱਚਿਆਂ ਦੇ, ਠੀਕ ਆ ਜੀ। ਤੁਹਾਨੂੰ ਆਪਾਂ ਦੂਜੀ ਸਾਈਡ ਵੀ ਦਿਖਾਵਾਂਗੇ ਜਾ ਕੇ ਮਾਰਕੀਟ ਦੇ। ਲਓ ਜੀ ਕਰੋ ਚੈੱਕ ਬੱਚਿਆਂ ਵਾਲੇ, ਇਸਕਾ ਕਿਆ ਪ੍ਰਾਈਜ਼ ਹੈ ਭਈਆ? ਇਸਕਾ ਕਿਆ ਮੋਟਰ ਰੇਟ ਪਹੁੰਚ ਜਾਣਾ, ਇਸਕਾ ਕਿਆ ਪ੍ਰਾਈਜ਼ ਹੈ? ₹150 ਨੇ ਜੀ, ਅਤੇ ਆਹ ਲੋਰਾਂ ਹੋ ਗਈਆਂ, ਬਾਕੀ ਆ ਬਾਹਾਂ ਵਾਲੇ, ਬਾਹਾਂ ਵਾਲੇ ਸਾਰੇ ਅਤੇ ਆ ਜਿਵੇਂ ਘਰੇਲੂ ਸਮਾਨ ਆ ਗਿਆ ਜਿਵੇਂ ਕਰਦਾ, ਠੀਕ ਆ ਜੀ। ਆਹ ਗੋਟੀਆਂ, ਪੇਸ਼ਕਸ, ਆਹ ਬੈਲਟਾਂ ਵੀ ਅੱਗੋਂ ਅੱਗੇ, ਕਾਫੀ ਵੱਡੀ ਮਾਰਕੀਟ ਹੈ ਜੀ ਕੱਪੜੇ ਦੀ। ਜਿਵੇਂ ਆਹ ਐਨਕਾਂ ਪਈਆਂ ਨੇ, ਪਰਸ ਪਏ ਨੇ, ਅਤੇ ਆਹ ਖੇਡਾਂ ਵੀ ਪਈਆਂ ਨੇ। ਲਓ ਵੀ ਲੋਰਾਂ, ਗਲਤਾਂ, ₹150 ਦੋ, ਆਹ ਤੌਲੀਏ ਹੋ ਗਏ ਜਿਵੇਂ ਦੇਖੋ, ਕੀ ਰੇਟ ਹੈ ਜੀ ਇਹਨਾਂ ਦਾ? ₹100 ਦਾ ਜੀ। ਅਤੇ ਬਾਕੀ ਆਹ ਪਲਾਸਟਰ ਦਾ ਸਮਾਨ ਆ ਗਿਆ ਸਾਰਾ ਦੂਹਾਂ ਅੱਗੇ, ਸਾਰਾ ਹੀ ਪਲਾਸਟਰ ਦਾ ਸਮਾਨ ਪਿਆ। ਅਤੇ ਆਮ ਘਰੇਲੂ ਜੀ ਜਿਹੜਾ ਆਪਾਂ ਯੂਜ ਕਰ ਰਹੇ ਹਾਂ, ਬੋਤਲਾਂ, ਗਲਾਸ, ਕੱਪ, ਰੋਟੀਆਂ, ਟਿਫਨ, ਕਰਦਾਂ, ਚਮਚੇ, ਸਾਰਾ ਤੁਹਾਨੂੰ ਮਿਲ ਜੂਗਾ ਸੇਲ। ਡੱਬੇ ਰੋਟੀਆਂ ਦੇਖੋ ਕਿਵੇਂ ਪਏ ਨੇ ਸਾਰੇ, ਆਹ ਬੋਤਲਾਂ ਪਈਆਂ ਨੇ,
ਆ ਪੀੜੀਆਂ ਹੋ ਗਈਆਂ ਜਿਵੇਂ ਆ ਵੀ ਸਾਰਾ ਡੇਲੀ ਯੂਜ ਵਾਲਾ ਸਮਾਨ ਹੋ ਗਿਆ ਡੇਲੀ ਆ ਚੂੜਾ ਹੋ ਗਿਆ ਦੁਕਾਨ ਅੱਗੇ ਬਾਕੀ ਆ ਚੱਪਲਾਂ ਹੋ ਗਈਆਂ ਜਿਵੇਂ ਬੂਟ ਚੱਪਲਾਂ ਤੁਹਾਨੂੰ ਸਾਰੀ ਸੇਲ ਦੇ ਵਿੱਚ ਮਿਲ ਜਾਣਗੇ ਲਓ ਜੀ ਦੁਪੱਟੇ ਆ ਗਏ ਜੋ ਕਿ ਦੁਪੱਟੇ ਪਰਦੇ ਬੈੱਡ ਸ਼ੀਟਾਂ ਆ ਗਈਆਂ ਜਿਵੇਂ ਆ ਦੇਖੋ ਬੈੱਡ ਸ਼ੀਟਾਂ ਹੋ ਗਈਆਂ ਜਿਵੇਂ ਆ ਪਰਦੇ ਹੋ ਗਏ ਤੇ ਆਪਾਂ ਤੁਹਾਨੂੰ ਸਲਟਾਂ ਦਿਖਾਉਂਦੇ ਹਾਂ ਨਿਆ ਸਲਟਾਂ ਪਈਆਂ ਨੇ ਪਈਆਂ ਨੇ ਸਲਟਾਂ ਠੀਕ ਹੈ ਜੀ ਬਾਕੀ ਆ ਬੱਚਿਆਂ ਵਾਲੇ ਆ ਗਏ ਕੱਪੜੇ ਸਾਰੇ ਸਾਰੇ ਬੱਚੇ ਵਾਲੇ ਪਏ ਨੇ ਆਹ ਕਿੰਨੇ ਦਿਨ ਵੀਰੇ ਡੇਢ ਸੌ ਦੇ ਦੋ ਪੀਸ ਨੇ ਆਹ ਚੱਪਲਾਂ ਆ ਗਈਆਂ ਉਦੋਂ ਅੱਗੇ ਆਹ ਚੱਪਲਾਂ ਆ ਗਈਆਂ ਜੀ ਉਦੋਂ ਅੱਗੇ ਚੱਪਲਾਂ ਬੂਟ ਤੇ ਆ ਬੈਗ ਪਏ ਨੇ ਵੱਡੇ ਬੈਗ ਆਹ ਦੂਹਾਂ ਅੱਗੇ ਵੱਡੇ ਬੈਗ ਆ ਗਏ ਤੇ ਆ ਲੋਹਰਾਂ ਆ ਗਈਆਂ ਬਾਕੀ ਸਿਰਾਣੇ ਲੋਹਰਾਂ ਸਿਰਾਣੇ ਤੇ ਆ ਗਈਆਂ ਬੈੱਡ ਸ਼ੀਟਾਂ ਆ ਗਈਆਂ ਜਿਵੇਂ ਆ ਸਿਰਾਣੇ ਹੋ ਗਏ ਇੱਧਰ ਆ ਕਿੰਨੇ ਦੇ ਬੈੱਡ ਸ਼ੀਟ ਇੱਕ ਜੀ ਆਹ 200 ਦੀ ਆ 250 ਦੀ ਸਿਰਾਣੇ ਨਾਲ ਨੇ ਠੀਕ ਹੈ ਜੀ ਸਿਰਾਣੇ ਨਾਲ ਨੇ ਬਾਕੀ ਤੁਹਾਨੂੰ ਹੋਰ ਵੀ ਬੈਲਕਮ ਆ ਪੂਰੇ ਮੈਟ ਰੱਖਣ ਵਾਲੇ ਮੈਟ ਇਹ ਵੀ ਮਿਲ ਜਾਣਗੇ ਸਾਰੇ ਪਰਦੇ ਆ ਗਏ ਦੂਹਾਂ ਅੱਗੇ ਬੈੱਡ ਸ਼ੀਟਾਂ ਅੱਗੇ ਚੱਲਦੇ ਆਪਾਂ ਤੁਹਾਨੂੰ ਹੋਰ ਦਿਖਾਉਂਦੇ ਹਾਂ ਸਾਰੀ ਸੇਲ ਇਹ ਤੇ ਜਿਵੇਂ ਆਹ ਪਈਆਂ ਨੇ ਕਾਲਰ ਵਾਲੀਆਂ ਸਲਟਾਂ ਪਈਆਂ ਨੇ ਜਿਵੇਂ ਮੰਨ ਲਓ ਲਓ ਜੀ ਟੀ ਸਲਟਾਂ ਹੋ ਗਈਆਂ ਜਿਵੇਂ ਬੱਚੇ ਵਾਲੇ ਕੱਪੜੇ ਹੋ ਗਏ ਦੂਜੇ ਕਾਫੀ ਵੱਡੀ ਹੈ ਸੇਲ ਆ ਵੀ ਬੱਚੇ ਵਾਲੇ ਪਏ ਨੇ ਆ ਵੀ ਛੋਟੀਆਂ ਚੱਪਲਾਂ ਬੱਚੇ ਵਾਲੀਆਂ ਤੇ ਆ ਪਈਆਂ ਨੇ ਅੱਗੇ ਆ ਬੈਲਟਾਂ ਪਈਆਂ ਨੇ ਜੀ ਆ ਬਟੂਏ ਘੜੀਆਂ ਆ ਪੇਰ ਪਲਾਸਟਰ ਦਾ ਆ ਗਿਆ ਘਰੇਲੂ ਡੇਲੀ ਵਰਤਣ ਵਾਲਾ ਸਮਾਨ ਜਿਵੇਂ ਬੋਤਲਾਂ ਮੈਨੂੰ ਪਹਿਲਾਂ ਵੀ ਦੱਸ ਕੇ ਤੀਆਂ ਬੋਤਲਾਂ ਲਓ ਜੀ ਗਲਾਸ ਆ ਮਸ਼ੀਨ ਡੂਈ ਹਰੇਕ ਤਰ੍ਹਾਂ ਦਾ ਮੰਨਣਾ ਪਿਆ ਪਲਾਸ ਘਰੇ ਡੇਲੀ ਯੂਜ ਹੋਣ ਵਾਲਾ ਸਮਾਨ ਤੇ ਆ ਦੁਪੱਟੇ ਆ ਗਏ ਇੱਧਰ ਜਿਵੇਂ ਬਾਕੀ ਆ ਸੂਟ ਆ ਗਏ ਆ ਚੂੜੀਆਂ ਵਗੈਰਾ ਬਾਕੀ ਆ ਫੁੱਲ ਆ ਗਏ ਸਜਾਵਟ ਵਾਸਤੇ ਘਰੇ ਰੱਖਣ ਵਾਸਤੇ ਆ ਬੱਚਿਆਂ ਵਾਸਤੇ ਕਢਾਉਣੇ ਆ ਗਏ ਠੀਕ ਆ ਜੀ ਤੇ ਆਪਾਂ ਤੁਹਾਨੂੰ ਦੂਜੀ ਸਾਈਡ ਦਿਖਾਉਂਦੇ ਹਾਂ ਸਾਰੀ ਸੇਲ ਇਹ ਦੂਜੀ ਸਾਈਡ ਦਿਖਾਉਂਦੇ ਹਾਂ ਸਾਰੀ ਲਓ ਵੀ ਇਹ ਤੁਹਾਨੂੰ ਆਪਾਂ ਦੂਜੀ ਸਾਈਡ ਦਿਖਾਉਂਦੇ ਹਾਂ ਸਾਰੀ ਸੇਲ ਜਿਵੇਂ ਆਹ ਪਏ ਨੇ ਬਾਕੀ ਆਹ ਦੇਖੋ ਕੁੜਤੇ ਵਗੈਰਾ ਬਾਈ ਤੋਂ ਆਹ ਉਦੋਂ ਅੱਗੇ ਵੀ ਪਏ ਨੇ ਕਾਫੀ ਲਓ ਜੀ ਕਰੋ ਚੈੱਕ ਆਹ ਪਏ ਨੇ ਕੁੜਤੇ ਸਾਰੇ
ਲਓ ਵੀ ਆ ਬਾਕੀ ਜੀਨਾਂ ਪੈਂਟਾਂ ਠੀਕ ਆ ਜੀ, ਲੋਅਰਾਂ ਟੀ ਸ਼ਰਟਾਂ ਲਓ ਵੀ ਦੇਖੋ, ਅਤੇ ਕਾਫੀ ਵੱਡੀ ਸੇਲ ਹੈ ਵੀ। ਆਹ ਪਏ ਨੇ ਇੱਧਰ ਕੱਪੜੇ, ਤੁਹਾਨੂੰ ਇੱਕ ਤਰ੍ਹਾਂ ਦਾ ਮਿਲ ਜਾਵੇ, ਬੱਚੇ ਵਾਲੇ ਮਿਲ ਜਾਣਗੇ, ਲੋਰਾ ਟੀ ਸ਼ਰਟਾਂ ਵੀ ਮਿਲ ਜਾਣਗੀਆਂ, ਸਾਰੀਆਂ ਤੁਹਾਨੂੰ ਇੱਥੇ ਮਿਲ ਜਾਣਗੀਆਂ, ਜਿਵੇਂ ਆਹ ਲੋਰਾ ਪਈਆਂ ਨੇ ਸਾਰੀਆਂ ਠੀਕ ਆ ਜੀ। ਅਤੇ ਆਪਾਂ ਤੁਹਾਨੂੰ ਇੱਧਰੋਂ ਚੱਲਦੇ ਹਾਂ, ਹੁਣ ਆਪਾਂ ਤੁਹਾਨੂੰ ਸਾਰੀ ਇਡਲੀ, ਪਹਿਲਾਂ ਤੁਹਾਨੂੰ ਇਡਲੀ ਸ਼ਰਟ ਦਿਖਾਈ ਦੇਣਾ, ਤੁਹਾਨੂੰ ਇਡਲੀ ਸ਼ਰਟ ਦਿਖਾਉਂਦੇ ਹਾਂ। ਆ ਲੋਰਾਂ ਠੀਕ ਆ ਜੀ, ਆ ਟੀ ਸ਼ਰਟਾਂ, ਲੋਰਾਂ ਟੀ ਸ਼ਰਟਾਂ, ਬਾਕੀ ਆਹ ਪਈਆਂ ਨੇ ਸ਼ਰਟਾਂ, ਅਤੇ ਆਹ ਜੁੱਤੀਆਂ ਆ ਗਈਆਂ, ਇੱਦੋਂ ਅੱਗੇ ਸਾਰੀਆਂ ਜੁੱਤੀਆਂ ਆ ਗਈਆਂ। ਅਤੇ ਲੋਰਾਂ ਆ ਬੱਚਿਆਂ ਵਾਲੇ ਆ ਗਏ ਕੱਪੜੇ, ਅਤੇ ਹੁਣ ਆਪਾਂ ਚੱਲਦੇ ਹਾਂ ਇੱਧਰ, ਅਤੇ ਪਰਸ ਵਗੈਰਾ ਵੀ ਪਏ ਨੇ ਸਾਹਮਣੇ, ਅਤੇ ਐਨਕਾਂ ਤੁਸੀਂ ਹਰ ਇੱਕ ਤਰ੍ਹਾਂ ਦੇ ਇੱਥੋਂ ਮਿਲ ਜੂਗੀਆਂ, ਜਿਵੇਂ ਐਨਕਾਂ ਪਈਆਂ ਨੇ, ਪਰਸ ਪਏ ਨੇ ਠੀਕ ਆ ਜੀ, ਜਿਵੇਂ ਪਰਸ ਪਏ ਨੇ, ਪਰਸ ਪਏ ਨੇ ਸਾਰੇ, ਇੱਧਰ ਵੀ ਤੁਹਾਨੂੰ ਦਿਖਾ ਦਈਏ ਸਾਰੀ ਇਹ। ਅਤੇ ਮੈਂ ਤੁਹਾਨੂੰ ਮਾਰਕੀਟ ਮੈਂ ਪਹਿਲਾਂ ਦੱਸਤਾ ਮੂਹਰੇ ਸਾਰਾ ਠੀਕ ਆ ਜੀ, ਬਾਕੀ ਆਹ ਪਏ ਨੇ ਬੱਚੇ ਵਾਲੇ, ਸਾਰੇ ਬੱਚੇ ਵਾਲੇ ਨੇ, ਅਤੇ ਆਹ ਵੀ ਜੁੱਤੀਆਂ ਵੀ ਦੁੱਧ ਲਓ ਜੀ, ਟੀ ਸ਼ਰਟਾਂ ਲੋਰਾਂ, ਬਾਕੀ ਆਹ ਰੁਮਾਲਾਂ ਪੌਣੇ ਉਹ ਵੀ ਤੁਹਾਨੂੰ ਮਿਲ ਜਾਣਗੇ, ਜਿਵੇਂ ਰੁਮਾਲਾਂ ਪੌਣੇ ਪਏ ਆ, ਟੀ ਸ਼ਰਟ 150 ਦੱਸਿਆ, ਬਾਕੀ ਕੱਛੇ ਵਗੈਰਾ ਲੋਰਾਂ ਠੀਕ ਆ ਜੀ। ਆਹ ਬੱਚੇ ਵਾਲੇ ਆ ਗਏ ਪਈਏ ਨੇ, ਆਹ ਤੌਲੀਏ ਵਗੈਰਾ ਪਏ ਨੇ, ਇਹ ਆਹ ਫੋਨਾਂ ਦੇ ਕਵਰ ਵੀ ਪਏ ਨੇ ਲਓ ਜੀ। ਆਹ ਪੈਂਟਾਂ ਹੋ ਗਈਆਂ, ਜਿਵੇਂ ਪੈਂਟਾਂ ਪਈਆਂ ਨੇ ਜੀਨ ਦੀਆਂ, ਅਤੇ ਆਹ ਸ਼ਰਟਾਂ ਪਈਆਂ ਨੇ, ਜਿਵੇਂ ਆਹ ਸ਼ਰਟਾਂ ਪਈਆਂ ਨੇ, ਕੀ ਰੇਟ ਆ ਵੀਰੇ? ਆਹ 250 ਆ ਜੀ, ਅਤੇ ਆਹ 300 ਆ, ਬਾਕੀ ਆਹ ਦੇਖੋ ਸਾਰੀ ਕੁਆਂਟਿਟੀ ਵਾਈਜ਼ ਸ਼ਰਟਾਂ ਕੋਲ ਬਹੁਤ ਜ਼ਿਆਦਾ ਆ। ਆਹ ਬੱਚੇ ਵਾਲੇ ਆ ਗਏ ਜੀ, ਬਾਕੀ ਪਰਸ ਅਤੇ ਆਹ ਪੈਂਟ ਪਈ ਆ, ਆਹ ਸ਼ਰਟ ਪਈ ਆ, ਅਤੇ ਆਹ ਲੋਅਰਾਂ ਪਈਆਂ ਨੇ ਸਾਰੀਆਂ ਲੋਅਰਾਂ। ਕੀ ਰੇਟ ਆ ਜੀ ਲੋਅਰ ਦਾ? 150 ਰੁਪਏ ਲੋਅਰ ਆ ਜੀ, ਬਾਕੀ ਬਾਈ ਕੋਲ ਹੋਰ ਵੀ ਕੁਆਂਟਿਟੀ ਬਹੁਤ ਜ਼ਿਆਦਾ ਆ। ਅਤੇ ਆਹ ਬੈਗ ਪਏ ਨੇ ਬਾਬੇ ਕੋਲ, ਅਤੇ ਆਹ ਫਾਰਮਲ ਪੈਂਟਾਂ ਆ ਗਈਆਂ ਦੋ ਅੱਗੇ, ਫਾਰਮਲ ਪੈਂਟਾਂ ਨੇ ਸਾਰੀਆਂ ਦੇਖੋ। ਲਓ ਜੀ ਆਹ ਜੁੱਤੀਆਂ, ਅਤੇ ਉੱਧਰ ਵੀ ਅੱਗੇ ਵੀ ਬਹੁਤ ਵੱਡੀ ਸੇਲ ਹੈ, ਦੇਖ ਸਕਦੇ ਜਿਵੇਂ ਆਹ ਪਈਆਂ ਨੇ ਸ਼ਰਟਾਂ, ਟੀ ਸ਼ਰਟਾਂ, ਅਤੇ ਆਹ ਫਾਰਮਲ ਪੈਂਟਾਂ ਪਈਆਂ ਨੇ ਜਿਵੇਂ ਦੇਖੋ। ਲਓ ਜੀ
ਆ ਪਏ ਨੇ। ਬੱਚਿਆਂ ਵਾਲੇ ਆ ਗਏ ਸਾਰੇ, ਤੇ ਆ ਮੋਹਰਾਂ ਪਈਆਂ ਨੇ ਇੱਧਰ ਸਾਰੀਆਂ, ਸਲਟਾਂ ਪਈਆਂ ਨੇ। ਬਾਕੀ ਉੱਧਰ ਵੀ ਬਹੁਤ ਵੱਡੀ ਸੇਲ ਆ, ਬਹੁਤ ਕੱਪੜਾ ਇੱਥੇ ਤੁਸੀਂ ਆ ਸਕਦੇ ਹੋ। ਠੀਕ ਆ ਜੀ, ਆਹ ਦੇਖੋ ਪਲਾਸਟਰ ਦਾ ਸਮਾਨ ਆ ਗਿਆ, ਉਹੀ ਕੱਪੀਆਂ ਵਗੈਰਾ ਹੋ ਗਈਆਂ ਨੇ, ਬਾਕੀ ਐਨਕਾਂ ਪਈਆਂ ਨੇ। ਤੇ ਆਹ ਪਏ ਨੇ ਕੱਪੜੇ, ਜਿਵੇਂ ਮੰਨ ਲਓ ਕਾਫੀ ਵੱਡੀ ਸੇਲ ਆ ਇਹ ਜਿਹੜੀ ਇੱਥੇ ਲੱਗਦੀ ਹੈ। ਮੈਂ ਆਹ ਟੀ ਸ਼ਰਟਾਂ ਪਈਆਂ ਨੇ ਸਾਰੀਆਂ, ਇਹ ਲਓ ਜੀ ਤੁਹਾਨੂੰ ਸਾਰੀ ਇਹ ਸੇਲ ਦਿਖਾਈ ਆ ਪਟਿਆਲੇ ਦੀ। ਆਹ ਦੇਖੋ ਕੱਪੜੇ ਕੱਪੜਾ ਅਤੇ ਇਕੱਠ ਬਹੁਤ ਆ। ਆਹ ਦੇਖੋ ਆਹ ਪਈਆਂ ਨੇ ਸ਼ਰਟਾਂ, ਬਾਕੀ ਆਹ ਪਈਆਂ ਨੇ ਟੀ ਸ਼ਰਟਾਂ, ਦੇਖੋ ਕਿੰਨੀਆਂ ਸੋਹਣੀਆਂ ਸੋਹਣੀਆਂ ਨੇ ਸਾਰੀਆਂ। ਬਾਕੀ ਆਹ ਦੇ ਬਾਈ ਹੁਣ ਲੈਂਦੇ ਨੇ, ਠੀਕ ਆ ਜੀ। ਆਹ ਪਈਆਂ ਨੇ ਟੀ ਸ਼ਰਟਾਂ ਲੋਰਾਂ, ਆਹ ਪੈਂਟਾਂ ਜੀਨ ਦੀ ਅੱਗੋਂ ਅੱਗੇ ਆ ਗਈਆਂ। ਆਹ ਦੇਖੋ ਕੱਪੜੇ ਦੀ ਕੁਆਂਟਿਟੀ ਚੈੱਕ ਕਰੋ, ਕੁਆਂਟਿਟੀ ਬਹੁਤ ਜ਼ਿਆਦਾ ਆ। ਆਹ ਪਈਆਂ ਨੇ ਸ਼ਰਟਾਂ, ਲਓ ਜੀ ਬਾਕੀ ਉੱਧਰ ਵੀ ਕਾਫੀ ਇਕੱਠ ਆ ਅੱਜ ਸੰਡੇ ਕਰਕੇ, ਅਤੇ ਬਹੁਤ ਵੱਡੀ ਸੇਲ ਲੱਗੀ ਹੋਈ ਆ ਇਹ। ਅਤੇ ਤੁਹਾਨੂੰ ਪੈਂਟਾਂ ਦਿਖਾ ਦਿੰਦੇ ਜੀਨ ਦੀਆਂ, ਮੇਰਾ ਪੈਂਟਾਂ ਪਈਆਂ ਨੇ ਜੀਨ ਦੀਆਂ, ਲਓ ਜੀ। ਬਾਕੀ ਆ ਟੀ ਸ਼ਰਟਾਂ ਪੈਂਟਾਂ, ਲਓ ਜੀ ਆਹ ਪਈਆਂ ਪੈਂਟਾਂ ਜਿਵੇਂ। ਇੱਧਰ ਸਲਟਾਂ, ਬਾਕੀ ਆਹ ਕਰੋ ਚੈੱਕ, ਦੁਪੱਟੇ ਪੈਂਟਾਂ ਜੀਨ ਦੀਆਂ, ਪੈਂਟ ਬਹੁਤ ਆ ਜੀਨ ਦੀ, ਦੇਖੋ ਕੁਆਂਟਿਟੀ ਚੈੱਕ ਕਰੋ ਪੈਂਟ ਦੀ, ਬਹੁਤ ਜ਼ਿਆਦਾ ਪੈਂਟ ਪਈ ਆ। ਲਓ ਜੀ ਬਾਕੀ ਉੱਧਰ ਦੇਖੋ ਸਾਰਾ ਕੱਪੜੇ ਕੱਪੜਾ ਪਿਆ, ਆਹ ਦੇਖੋ ਲਓ ਜੀ ਸਾਰੀ ਕੁੱਲੀ।
ਇਹ ਸੇਲ ਸਾਰੀ ਪਟਿਆਲੇ ਲੱਗੀ ਹੋਈ ਹੈ, ਇੱਧਰੋਂ ਵੀ ਦੇਖੋ ਸਾਰੀ ਲਓ ਜੀ। ਬਾਕੀ ਆ ਬੱਚੇ ਵਾਲੇ ਆ ਗਏ ਜੋ ਅੱਗੇ ਬੱਚੇ ਵਾਲੇ ਪਏ ਵਾਲੇ ਨੇ, ਠੀਕ ਹੈ ਜਦੋਂ ਜੁੱਤੀਆਂ ਆ ਗਈਆਂ, ਚੱਪਲਾਂ ਆ ਗਈਆਂ ਅਤੇ ਖਾਣ ਪੀਣ ਦਾ ਵੀ ਹੈਗਾ ਸਾਰਾ ਕੁਛ, ਮਤਲਬ ਜੂਸ ਵਗੈਰਾ ਮਿਲ ਜੂਗਾ ਅਤੇ ਆ ਮੈਟ ਵਗੈਰਾ ਆ ਗਏ ਜਿਵੇਂ ਸਾਰੇ ਮੈਟ ਪਏ ਆ ਬਾਬੇ ਕੋਲ ਇੱਥੇ ਆਓ ਜੀ। ਅਤੇ ਇਹ ਸਾਰੀ ਸੇਲ ਆ ਪਟਿਆਲੇ ਦੀ ਅਤੇ ਆ ਬੂਟ ਵਗੈਰਾ ਪਏ ਨੇ ਜਿਵੇਂ ਜੀ। ਬਹੁਤ ਵੱਡੀ ਸੇਲ ਆ ਇਹ, ਜ਼ਰੂਰ ਆ ਕੇ ਦੇਖਿਓ। ਆਹ ਜੁੱਤੀਆਂ ਹੋ ਗਈਆਂ ਜਿਵੇਂ ਟੀ-ਸ਼ਰਟਾਂ, ਆਹ ਝਾਵੇ ਵਗੈਰਾ, ਚੱਕਲੇ, ਬੇਲਣੇ, ਇਹ ਵੀ ਤੁਹਾਨੂੰ ਇੱਥੋਂ ਮਿਲ ਜਾਣਗੇ। ਇੱਧਰ ਵੀ ਲੱਗੀ ਹੋਈ ਆ ਕਾਫੀ। ਹਾਂਜੀ, ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਛੋਟੀ ਬਾਰਾਦਰੀ ਦੀ ਮਾਰਕੀਟ ਦੀ ਸੇਲ ਦਿਖਾਈ ਹੈ ਜਿਹੜੀ ਕਿ ਐਤਵਾਰ ਨੂੰ ਲੱਗਦੀ ਹੈ, ਅਤੇ ਮੈਂ ਉਮੀਦ ਕਰਦਾ ਤੁਹਾਨੂੰ ਅੱਜ ਦੀ ਵੀਡੀਓ ਪਸੰਦ ਆਈ ਹੋਊਗੀ। ਜੇ ਵੀਡੀਓ ਵਧੀਆ ਲੱਗੀ ਹੈ ਲਾਈਕ ਕਰਨਾ, ਸ਼ੇਅਰ ਕਰਨਾ ਅਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ। ਮਿਲਦੇ ਹਾਂ ਆਪਾਂ ਇੱਕ ਹੋਰ ਤੁਹਾਨੂੰ ਨਵੀਂ ਵੀਡੀਓ ਦੇ ਵਿੱਚ। ਤੁਹਾਡਾ ਸਾਰਾ ਅੱਜ ਤੱਕ ਵੀਡੀਓ ਦੇਖਣ ਲਈ ਧੰਨਵਾਦ ਜੀ।